ओके जी ਆ ਇੰਟਰਨੈਟ ਤੇ ਰੌਣਕਾਂ ਲੱਗੀਆਂ ਹੋਈਆਂ ਆ ਇਹ ਖਾਸ ਵੀਡੀਓ ਜੋ ਇਸ ਟਾਈਮ ਸਿਚੁਏਸ਼ਨ ਬਣੀ ਹੋਈ ਹੈ YouTube ਤੇ ਚੈਨਲਾਂ ਦੇ ਵਿੱਚ ਫਾਈਟਾਂ ਚੱਲ ਰਹੀਆਂ ਮੈਂ ਇਹਦੇ ਬੜਾ ਬੜਾ ਇੰਜੋਏ ਕਰ ਰਿਹਾ ਚਲੋ ਇਸ ਦੇ ਖਾਸ ਵੀਡੀਓ ਮੈਨੂੰ ਕੋਈ ਚੀਜ਼ ਤੋਂ ਦਿੱਕਤ ਨਹੀਂ ਜੋ ਵੀ ਚੱਲ ਰਿਹਾ ਬਟ ਇੱਕ ਖਾਸ ਚੀਜ਼ ਤੋਂ ਜਿੰਨੂੰ ਮੈਨੂੰ ਦਿੱਕਤ ਸਿਰਫ ਇੱਕ ਚੀਜ਼ ਉਹ ਤੇ ਅੱਜ ਆਪਾਂ ਗੱਲ ਕਰਾਂਗੇ ਉਹ ਐਂਡ 'ਚ ਮੈਂ ਗੱਲ ਕਰਾਂ ਪਹਿਲੋਂ ਸਿਚੁਏਸ਼ਨ ਥੋੜਾ ਜਿਹਾ ਸਮਝੀਏ ਆ ਸ਼ੁਰੂਆਤ ਕਰਾਂਗਾ ਮੈਂ Abraham Lincoln ਦਾ ਕੋਟ ਹੈ ਬੜੀ ਸੁਣੀ ਹੋਣਾ ਲਾਈਨ ਆਖੀ ਕਿ ਡਿਫਿਕਲਟ ਸਿਚੁਏਸ਼ਨ ਹਰ ਬੰਦਾ ਚੱਲ ਸਕਦਾ ਹੈ ਹਰ ਬੰਦਾ ਬਟ ਪ੍ਰੋਸਪਰਿਟੀ ਪਾਵਰ ਫੇਮ ਸਿਰਫ ਇੱਕ ਗ੍ਰੇਡ ਬੰਦਾ ਚੱਲ ਸਕਦਾ ਤੇ ਜੇ ਕਿਸੇ ਵੀ ਬੰਦੇ ਦੇ ਕਰੈਕਟਰ ਨੂੰ ਜਾਨਣਾ ਹੋਵੇ ਤੇ ਉਹਨੂੰ ਪਾਵਰ ਦੇ ਦਿਓ ਉਹ ਦੱਸੇਗਾ ਕਿ ਉਹ ਰੀਅਲੀ ਅੰਦਰੋਂ ਕੀ ਹੈ ਚਲੋ ਇੱਕ ਚੀਜ਼ ਦੂਜੀ ਚੀਜ਼ ਆ ਜਰਡਾਨੋ ਬਰੂਨੋ ਇੱਕ ਫਿਲਾਸਫਰ ਹੋਇਆ ਸਾਇੰਟਿਸਟ ਹੋਇਆ ਆਈ ਥਿੰਕ 4 ਜਾਂ 500 ਸਾਲ ਪਹਿਲਾਂ ਇਟਲੀ ਦਾ ਉਹਦੀ ਥਿਊਰੀ ਕੀ ਸੀ ਉਹਨੇ ਕਿਹਾ ਕਿ ਜਿਹੜੇ ਤਾਰੇ ਨੇ ਉਹ ਤਾਰੇ ਨਹੀਂ ਐਕਚੁਅਲੀ ਉਹ ਸੂਰਜ ਨੇ ਤੇ ਉਹਨਾਂ ਸੂਰਜਾਂ ਦੇ ਆਸ-ਪਾਸ ਵੀ ਪਲੈਨੈਟਸ ਨੇ ਤੇ ਹੋ ਸਕਦਾ ਹੈ ਸੰਭਾਵਨਾ ਇਹ ਵੇ ਕਿ ਉਹਨਾਂ ਤੇ ਵੀ ਜੀਵਨ ਹੋਵੇ ਇਹ ਉਹਦੀ ਥਿਊਰੀ ਸੀ ਉਸ ਟਾਈਮ 400 500 ਸਾਲ ਪਹਿਲਾਂ ਤੇ ਇਹ ਗੱਲ ਚਰਚ ਉਸ ਟਾਈਮ ਦੀ ਜੋ ਚਰਚ ਸੀ ਇਟਲੀ ਚ ਉਹਨੂੰ ਪਸੰਦ ਨਹੀਂ ਆਈ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਲਾਈਫ ਸਿਰਫ ਧਰਤੀ ਤੇ ਸੀ ਤੇ ਜੀਜ਼ਸ ਆ ਈਸਾ ਮਸੀਹ ਸਿਰਫ ਧਰਤੀ ਤੇ ਆਇਆ ਤੇ ਜੇ ਦੂਜੇ ਪਲੈਨੈਟਸ ਤੇ ਵੀ ਲਾਈਫ ਹੋਏਗੀ ਤੇ ਇਹਦਾ ਮਤਲਬ ਹੈ ਜੀਜ਼ਸ ਵੀ ਉੱਥੇ ਵੀ ਗਿਆ ਹੋਏਗਾ ਤੇ ਉਹਨਾਂ ਨੇ ਇਹ ਕਨਸੈਪਟ ਫੈਦਮ ਨਹੀਂ ਕਰ ਪਾਇਆ ਕਿ ਯਾਰ ਕਿੱਦਾਂ ਜੀਜ਼ਸ ਇੱਕ ਤੋਂ ਜ਼ਿਆਦਾ ਨਹੀਂ ਹੋ ਸਕਦਾ ਜੀਜ਼ਸ ਸਿਰਫ ਇੱਕ ਹੀ ਹੋ ਸਕਦਾ ਤੇ ਉਹ ਬੰਦੇ ਇਹਨੂੰ ਜਿੰਦਾ ਸਾੜਤਾ ਗਿਆ ਕੀ ਉਹ ਬੰਦਾ ਗਲਤ ਸੀ ਟਾਈਮ ਤੋਂ ਥੋੜਾ ਜਾ ਉਹ ਗੇ ਸੀ ਤੇ ਅੱਜ ਹਾਂ ਬਿਲਕੁਲ ਉਹ ਬੰਦਾ ਬਿਲਕੁਲ ਕਰੈਕਟ ਹੈ ਉਹ ਜੋ ਸਾਰੇ ਤਾਰੇ ਨੇ ਉਤਾਰੇ ਨਹੀਂ ਉਹ ਸਾਰੇ ਸੂਰਜ ਨੇ ਤੇ ਉਹਨਾਂ ਦੇ ਆਸ-ਪਾਸੇ 4 ਜਾਂ 5 ਪਲੈਨਟ ਨੇ ਚਲੋ ਇਹ ਰਹੀ ਦੂਜੀ ਗੱਲ ਤੀਜੀ ਗੱਲ ਸੋਚੋ ਮੈਂ ਇੱਕ ਕੁੱਤਾ ਰੱਖਿਆ ਹੋਏ ਤੇ ਮੇਰੀ ਘਰੇ 'ਚ ਕੋਈ ਵੀ ਆਵੇ ਜਿੰਨਾ ਮੈਂ ਡਿਸਐਗਰੀ ਕਰਦਾ ਤੇ ਉਹਨੂੰ ਮੈਂ ਕੁੱਤਾ ਪਵਾ ਦਵਾਂ ਤੇ ਕਿੰਨੀ ਗ ਵਧੀਆ ਗੱਲ ਹੋਏਗੀ ਨਹੀਂ ਵਧੀਆ ਗੱਲ ਨਹੀਂ ਹੋਏਗੀ ਚਲੋ ਇਹ ਤਿੰਨਾ ਚੀਜ਼ਾਂ ਨੂੰ ਆਪਾਂ ਹੁਣ ਸਾਈਡ ਤੇ ਰੱਖ ਦਈਏ ਐਂਡ 'ਚ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਆਪਾਂ ਕਨੈਕਟ ਕਰਾਂਗੇ ਮੈਂ ਬੜਾ ਨਾ ਆਪਟੀਮਿਸਟਿਕ ਬੰਦਾ ਬੜਾ ਪੋਜ਼ਿਟਿਵ ਸੋਚਣ ਵਾਲਾ ਬੰਦਾ ਤੇ ਜੇ ਮੈਨੂੰ ਕਹੇ ਕਿ ਗਲਾਸ 'ਚ ਪਾਣੀ ਭਰਿਆ ਹੋਇਆ ਅੱਧਾ ਤੇ ਗਲਾਸ ਅੱਧਾ ਖਾਲੀ ਏ ਮੈਂ ਇਹ ਨਹੀਂ ਕਹਿੰਦਾ ਗਲਾਸ ਅੱਧਾ ਖਾਲੀ ਏ ਮੈਂ ਕਹਿੰਦਾ ਗਲਾਸ ਅੱਧਾ ਭਰਿਆ ਹੋਇਆ ਹਮੇਸ਼ਾ ਮੈਂ ਕੋਸ਼ਿਸ਼ ਕਰਦਾ ਪੋਜ਼ਿਟਿਵ ਚੀਜ਼ ਨੂੰ ਦੇਖਾਂ ਓਕੇ ਲਾਸਟ ਵੀਡੀਓ ਚ ਮੈਂ ਇੱਕ ਗੱਲ ਗਈ ਸੀ ਕਿ ਟੈਕਨੋਲੋਜੀ ਜਾਂ ਹਰ ਚੀਜ਼ ਕਿਦਾਂ ਵੱਧ ਰਹੀ ਹੈ ਪੁਰਾਣਾ ਸਮਾਂ ਉਹਨੂੰ ਕੰਪੇਅਰ ਕੀਤਾ ਨਵੇਂ ਸਮੇਂ ਨਾਲ ਤੇ ਹੁਣ ਸਾਰਿਆਂ ਕੋ ਕਿੰਨੀਆਂ ਜ਼ਿਆਦਾ ਓਪਰਚ्युनिटीਜ਼ ਨੇ ਤੇ ਉੱਚ ਮੈਂ ਪੰਜਾਬੀ ਵੀਲੌਗਸ ਦੀ ਵੀ ਗੱਲ ਕੀਤੀ ਓਕੇ ਇੰਸਟਾ ਤੇ ਮੈਨੂੰ ਇੱਕ ਮੁੰਡੇ ਨੇ ਮੈਸੇਜ ਕੀਤਾ ਉਹ ਮੇਨ ਦਾ ਕਾਫੀ ਚੀਜ਼ਾਂ ਨਾਲ ਡਿਸਰੀ ਕਰਦਾ ਬਟ ਅਸੀਂ ਕਾਫੀ ਚੀਜ਼ਾਂ ਤੇ ਬੜੀ ਸੋਹਣੀ ਆਰਗੂਮੈਂਟ ਕਰਦੇ ਆ ਮੀਨ ਬੜੇ ਵਧੀਆ ਤਰੀਕੇ ਨਾਲ ਤੇ ਉਹਨੇ ਮੈਨੂੰ ਮੈਸੇਜ ਕੀਤਾ ਕਹਿੰਦਾ ਭਾਜੀ ਤੁਸੀਂ ਇਟਲੀ ਵਾਲੇ ਬਾਰੇ ਕੀ ਸੋਚਦੇ ਹੋ ਮੈਂ ਕਹਾ ਯਾਰ ਇਟਲੀ ਵਾਲੇ ਵਾਸਤੇ ਮੈਂ ਕੋਈ ਖਾਸ ਨਹੀਂ ਸੋਚਦਾ ਬਿਲਕੁਲ ਨੋਰਮਲ ਉਹਦਾ ਆਪਣਾ ਚੈਨਲ ਹੈ ਉਹ ਕਰ ਰਿਹਾ ਜੋ ਉਹਨੇ ਕਰਨਾ ਫੇ ਕਹਿੰਦਾ ਤੁਸੀਂ ਪੰਜਾਬੀ ਵੀਲੋਗਿੰਗ ਬਾਰੇ ਕੀ ਸੋਚਦੇ ਹੋ ਮੈਂ ਕਹ ਉਹਦੇ ਬਾਰੇ ਵੀ ਕੁਝ ਖਾਸ ਨਹੀਂ ਉਹ ਆਪਣਾ ਕੰਮ ਕਰ ਰਹੇ ਨੇ ਜੋ ਉਹਨਾਂ ਨੇ ਕਰਨਾ ਤੇ ਮੈਂ ਸਹੀ ਗੱਲ ਦੱਸਣਾ ਮੈਨੂੰ ਪੰਜਾਬੀ ਵੀਲੋਗਿੰਗ ਦਾ ਇਨਾ ਦਾ ਪਤਾ ਨਹੀਂ ਸੀ ਕਿ ਇਹਦੀ ਮਾਰਕੀਟ ਕਿੰਨੀ ਤਗੜੀ ਹੈ ਆ ਲਾਸਟ ਟਾਈਮ ਜਦੋਂ ਸਾਬੀਨਾ ਮੇਰੀ ਗੱਲ ਹੋਈ ਉਹਨਾਂ ਦੇ ਚੈਨਲ ਤੇ ਜਦੋਂ ਅਸੀਂ ਵੀਡੀਓ ਬਣਾਈ ਤੇ ਉਹਨਾਂ ਨੇ ਇੱਕ ਵਾਰੀ ਮੈਂਸ਼ਨ ਕੀਤਾ ਕਿ ਹਰ ਬੰਦਾ ਹੁਣ ਵੀ ਲੌਗਿੰਗ ਕਰ ਰਿਹਾ ਤੇ ਮੈਂ ਇਨਾ ਧਿਆਨ ਨਹੀਂ ਦਿੱਤਾ ਮੈਨੂੰ ਨਹੀਂ ਪਤਾ ਕਿ ਕੀ ਗੱਲ ਹੋ ਰਹੀ ਉਦੋਂ ਤੇ ਉਸ ਤੋਂ ਬਾਅਦ ਵੀਡੀਓ ਤੋਂ ਬਾਅਦ ਇਹ ਜਿਹੜੀ ਇੰਸਟਾ ਦੇ ਮੈਸੇਜ ਵੀ ਹੈ ਉਸ ਤੋਂ ਬਾਅਦ ਜਦੋਂ ਮੈਂ ਸਰਚ ਕਰਨੀ ਸ਼ੁਰੂ ਕੀਤੀ ਤੇ ਹਰ ਬੰਦਾ ਆਈ ਥਿੰਕ ਪੰਜਾਬੀ ਵੀ ਲੌਗਿੰਗ ਕਰਦਾ ਪਿਆ ਇਦਾਂ ਮੈਨੂੰ ਲੱਗਾ ਬਹੁਤ ਤਗੜੀ ਮਾਰਕੀਟ ਕੋਈ ਸਾਗ ਬਣਾ ਰਿਹਾ ਕੋਈ ਸੂਟ ਪਾ ਰਿਹਾ ਮਤਲਬ ਕੋਈ ਨਾ ਕੋਈ ਤਰੀਕੇ ਨਾਲ ਬੰਦਾ ਲੱਗਾ ਹੋਇਆ ਤੇ ਮੈਨੂੰ ਮੈਂ ਕਹਾਂ ਕਿ ਮੈਨੂੰ ਕੋਈ ਚੱਕਰ ਨਹੀਂ ਕਿਉਂਕਿ ਮੇਰਾ ਪਾਲ ਲੱਕ ਦੀ ਪਿਆਈ ਨਹੀਂ ਨਾ ਮੈਂ ਇਦਾਂ ਦਾ ਕੋਈ ਕੰਟੈਂਟ ਦੇਖਿਆ ਤੇ ਕਦੀ ਮੇਰੇ YouTube ਤੇ ਫੀਡ ਤੇ ਇਹ ਚੀਜ਼ ਆਈ ਵੀ ਨਹੀਂ ਤੇ ਉਹ ਮੁੰਡੇ ਨੇ ਕਿਹਾ ਕਹਿੰਦਾ ਭਾਜੀ ਤੁਹਾਡਾ ਕੀ ਸਟੈਂਡ ਹੈ ਮੈਂ ਉਹਨੂੰ ਕਿਹਾ ਕਿ ਮੇਰਾ ਸਟੈਂਡ ਕੁਝ ਨਾ ਬੋਲਣ ਦਾ ਕਿਉਂਕਿ ਜੋ ਮੇਰਾ ਨੀਸ਼ ਹੈ ਜੋ ਮੇਰੀ ਮਾਰਕੀਟ ਹੈ ਉਹ ਅਲੱਗ ਹੈ ਜੋ ਬੰਦਾ ਆਪਣੇ ਚੈਨਲ ਤੇ ਦਿਖਾ ਰਿਹਾ ਮੈਨੂੰ ਕੋਈ ਕੇਅਰ ਨਹੀਂ ਹੁਣ ਮੈਨੂੰ ਕਿਉਂ ਨਹੀਂ ਕੇਅਰ ਇੱਥੇ ਮੈਂ ਪਹਿਲਾਂ ਬੋਲਾਂ ਹਰ ਬੰਦਾ YouTube ਤੇ ਕਿਸੇ ਮਕਸਦ ਨੂੰ ਆਇਆ ਕੋਈ ਬੰਦਾ ਫੇਮ ਲਈ ਆਇਆ ਕੋਈ ਬੰਦਾ ਪੈਸੇ ਲਈ ਆਇਆ ਜੇ ਮੈਂ ਆਪਣੀ ਪਰਸਨਲ ਗੱਲ ਕਰਾਂ ਮੈਂ ਪੰਜਾਬੀ ਪੋਡਕਾਸਟ ਦੀ ਮਾਰਕੀਟ ਨੂੰ ਗ੍ਰੈਬ ਕਰਨ ਆਇਆ ਮੈਂ ਪਾਰਟਿਸਿਪੇਟ ਕਰਨ ਨਹੀਂ ਆਇਆ ਮੈਂ ਟੇਕਓਵਰ ਕਰਨ ਆਇਆ ਸਿਰਫ ਪੰਜਾਬੀ ਪੋਡਕਾਸਟ ਦੀ ਮਾਰਕੀਟ ਨੂੰ ਤੇ ਮੈਂ ਕਰਾਂਗਾ ਵੀ ਇਹ ਮੇਰਾ ਇਹ ਮੇਰਾ ਟੀਚਾ ਹੈ ਹਰ ਬੰਦੇ ਦਾ ਆਪਣਾ ਇੱਕ ਬਿਜ਼ਨਸ ਮਾਡਲ ਹੈ ਠੀਕ ਹੈ ਮਾਰਕੀਟ ਬਹੁਤ ਵੱਡੀ ਹੈ ਕੁਝ ਵਾਇਲੈਂਸ ਦਿਖਾ ਰਹੇ ਨੇ ਕੁਝ ਵੈਬਸਾਈਟਸ ਪੌਨ ਦਿਖਾ ਰਹੇ ਨੇ ਮਤਲਬ ਉਹਨਾਂ ਨੂੰ ਪਤਾ ਹੈ ਕਿ ਮਾਰਕੀਟ ਕਿੱਥੇ ਜਾ ਰਹੀ ਜੇ ਮੈਂ ਇਟਲੀ ਵਾਲੇ ਦੀ ਗੱਲ ਕਰਾਂ ਇਹ ਉਹਦਾ ਮਾਡਲ ਹੈ ਬੰਦੇ ਨੂੰ ਟ੍ਰਿਗਰ ਕਰਨਾ ਇਹ ਮਾਰਕੀਟਿੰਗ ਸਕਿੱਲ ਹੈ ਤੇ ਵੀ ਲੌਗਿੰਗ ਦੇ ਉੱਤੇ ਵੀ ਡਿਪੈਂਡ ਕਰਦਾ ਲੋਕਾਂ ਦੇ ਇੰਟਰਸਟ ਕੀ ਨੇ ਟਰੈਵਲ ਦੇ ਉੱਤੇ ਵੀ ਲੌਗ ਨੇ ਓਸ਼ियंस ਕੁਬਾ ਡਾਈਵਿੰਗ ਦੇ ਉੱਤੇ ਵੀ ਲੌਗ ਨੇ ਸਪੇਸ ਦੇ ਉੱਤੇ ਵੀ ਲੌਗ ਨੇ ਤੇ ਹੁਣ ਜੋ ਪੰਜਾਬੀ ਵੀ ਲੌਗਿੰਗ ਦਾ ਮਾਡਲ ਹੈ ਇਹ ਲਗਭਗ ਸੇਮ ਚੀਜ਼ ਹੈ ਹੁਣ ਬਿਗ ਬਾਸ ਮੈਂ ਮੈਂਸ਼ਨ ਕਰਦਾ ਕਿ ਸਭ ਤੋਂ ਬਕਾਰ ਚੀਜ਼ ਲੱਗਦੀ ਹੈ ਬਿਗ ਬਾਸ ਬਟ ਆਈ ਥਿੰਕ 14 ਸਾਲਾਂ ਤੋਂ ਚੱਲ ਰਿਹਾ ਲੋਕੀਓ ਨੂੰ ਦੇਖ ਵੀ ਰਹੇ ਨੇ ਤੇ ਇਹਦਾ ਇਹਦੇ ਤੇ ਮੈਂ ਇੱਕ ਜੋਕ ਵੀ ਬਣਾਇਆ ਸੀ ਕਿ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਹੁੰਦੇ ਨੇ ਸਿਆਣੇ ਇੱਕ ਹੁੰਦੇ ਨੇ ਬੇਫਕੂਫ ਤੇ ਉਸ ਤੋਂ ਬਾਅਦ ਆਉਂਦੇ ਨੇ ਬਿਗ ਬਾਸ ਦੇਖਣ ਵਾਲੇ ਇਹ ਮੇਰਾ ਜੋਕ ਸੀ ਤੇ ਜੇ ਤੁਸੀਂ ਇੰਡੀਆ ਤੋਂ ਬਾਹਰ ਤੁਸੀਂ ਜਾਣਦੇ ਹੋਵੋਗੇ ਕਿਮ ਕਰਦਾਸ਼ੀਅਨ ਨੂੰ ਕੁੜੀ ਕਿਸ ਚੀਜ਼ ਕਰਕੇ ਫੇਮਸ ਹੈ ਕਿਸੇ ਚੀਜ਼ ਕਰਕੇ ਨਹੀਂ ਪਰ ਬਹੁਤ ਜ਼ਿਆਦਾ ਫੇਮਸ ਹੈ ਤੇ ਉਹੀ ਜਿਹੜਾ ਮਾਡਲ ਹੈ ਬਿਗ ਬਾਸ ਦਾ ਜਾਂ ਕਿਮ ਕਾਰਡੈਸ਼ੀਨ ਦਾ ਇਹ ਪੰਜਾਬੀ ਵੀਲੋਗਰਸ ਨੇ ਚੱਕਿਆ ਤੇ ਉਹਨੂੰ ਪਲੇਸ ਕੀਤਾ ਮਾਰਕੀਟ ਦੇ ਵਿੱਚ ਤੇ ਲੋਕੀ ਉਹਨੂੰ ਦੇਖ ਰਹੇ ਨੇ ਤੇ ਇਹਦਾ ਮਤਲਬ ਇਹ ਨਹੀਂ ਕਿ ਜੇ ਮੈਨੂੰ ਉਹ ਨਹੀਂ ਪਸੰਦ ਤੇ ਲੋਕੀ ਨਹੀਂ ਦੇਖਣਗੇ ਚਲੋ ਆਪਾਂ ਅੱਗੇ ਤੇ ਹੋਰ ਥੋੜਾ ਵਿਸ਼ਲੇਸ਼ਣ ਕਰਾਂਗੇ ਪਹਿਲੋਂ ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ ਆ ਫੀਮੇਲ ਤੇ ਮੇਲ ਦੇ ਬ੍ਰੇਨ ਨੂੰ ਦੋਨਾਂ ਦੇ ਇੰਟਰਸਟ ਥੋੜੇ ਜਿਹਾ ਅਲੱਗ ਨੇ ਜਿਵੇਂ ਆਪਣੇ ਚੈਨਲ ਦੀ ਗੱਲ ਕਰਾਂ ਜਦੋਂ ਮੈਂ ਐਨਾਲਿਟਿਕਸ 'ਚ ਜਾਂਦਾ ਜੋ ਮੇਰੀ ਮਾਰਕੀਟ ਹੈ 80 ਤੋਂ 85% ਮੁੰਡੇ ਕੰਟੈਂਟ ਦੇਖਦੇ ਨੇ ਕਿਉਂਕਿ ਮੁੰਡਿਆਂ ਨੂੰ ਪਸੰਦ ਦੇ ਏਲੀయన్స్ ਸਪੇਸ ਟੈਕਨੋਲੋਜੀ ਪੋਲਿਟਿਕਸ ਤੇ ਜਦੋਂ ਮੈਂ ਕੋਈ ਟਾਪਿਕ ਤਿਆਰ ਵੀ ਕਰਨ ਲੱਗਦਾ ਤੇ ਮੈਂ ਜੋ ਮੇਰੀ ਇੱਥੇ ਫੀਮੇਲ ਫਰੈਂਡਸ ਨੇ ਉਹਨਾਂ ਨਾਲ ਮੈਂ ਕਦੀ ਕਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਉਹ ਕਹਿੰਦੇ ਯਾਰ ਤੇਰਾ ਦਿਮਾਗ ਖਰਾਬ ਹੈ ਜਦੋਂ ਏਲੀయన్స్ ਵਾਲਾ ਮੈਂ ਐਪੀਸੋਡ ਕੀਤਾ ਤੇ ਮੈਂ ਇੱਕ ਕੁੜੀ ਨੂੰ ਸੁਣਾਇਆ ਮੈਂ ਕਿਹਾ ਆ ਮੈਂ ਸੋਚਦਾ ਕਹਿੰਦੀ ਤੂੰ ਭੰਗ ਭੰਗ ਪੀਣ ਲੱਗ ਗਿਆ ਤੇਰਾ ਤੇਰਾ ਕੁਝ ਨਹੀਂ ਹੋ ਸਕਦਾ ਤੇ ਜਦੋਂ ਮੈਂ ਕੁੜੀਆਂ ਨਾਲ ਗੱਲ ਵੀ ਕੀਤੀ ਕਿ ਉਹ ਜ਼ਿਆਦਾਤਰ ਕੀ ਚੀਜ਼ਾਂ ਦੇਖਦੀਆਂ ਨੇ ਤੇ ਉਹਨਾਂ ਦਾ ਮੇਨ ਹੁੰਦਾ ਹੈ ਲਾਈਫ ਸਟਾਈਲ ਫੈਸ਼ਨ ਮੇਕਅਪ ਤੇ ਕੋਈ ਵੀਡੀਓ ਹੋਵੇ ਜਾਂ ਸਟਾਈਲਿੰਗ ਵੀਡੀਓ ਹੋਵੇ ਰਿਲੇਸ਼ਨਸ਼ਿਪ ਦੀ ਵੀਡੀਓ ਹੋਵੇ ਇਮੋਸ਼ਨਲ ਵੈਲਬੀਨ ਇਹ ਕੁੜੀਆਂ ਦੀ ਮਾਰਕੀਟ ਹੈ ਤੇ ਕੁੜੀਆਂ ਇਹ ਚੀਜ਼ਾਂ ਦੇਖਦੀਆਂ ਤੇ ਪੰਜਾਬੀ ਵੀਲੋਗਿੰਗ ਚ ਜੋ ਚੈਨਲ ਨੇ ਘਰੇਲੂ ਚੈਨਲ ਨੇ ਉਹਦੇ ਵਿੱਚ ਐਦਾਂ ਦੀਆਂ ਹੀ ਚੀਜ਼ਾਂ ਦਿਖਾ ਰਹੇ ਨੇ ਕਿ ਮੈਂ ਕੇਅਰ ਕਰਦਾ ਨਹੀਂ ਮੈਂ ਕੇਅਰ ਨਹੀਂ ਕਰਦਾ ਸ਼ੁੱਡ ਥੇਅਰ ਬੀ ਅ ਬੈਲੈਂਸ ਯੈਸ ਥੇਅਰ ਸ਼ੁੱਡ ਬੀ ਬਟ ਇਜ਼ ਥੇਅਰ ਨੋ ਇਜ਼ ਥੇਅਰ ਇਸ ਨੋ ਕੋਈ ਬੈਲੈਂਸ ਨਹੀਂ ਸਾਰੇ ਲੋਗ ਅ ਕੁਝ ਅਲੱਗ ਕਰਨ ਦੀ ਬਜਾਏ ਉਹੀ ਸੇਮ ਚੀਜ਼ਾਂ ਓਕੇ ਹੁਣ ਆਪਾਂ ਸਪੈਸੀਫਿਕਲੀ ਇਡਲੀ ਵਾਲੇ ਤੇ ਆਉਂਦੇ ਆ ਕਿਉਂਕਿ ਕੁਐਸਚਨ ਮੈਨੂੰ ਪੁੱਛਿਆ ਗਿਆ ਕਿ ਯਾਰ ਉਹਨੇ ਉਹ ਤੁਹਾਡਾ ਦੋਸਤ ਲੱਗਦਾ ਹੈ ਤੁਹਾਡ ਨਾਲ ਗੱਲਬਾਤ ਵੀ ਕਰਦਾ ਹੈ ਬਟ ਤੁਹਾਡਾ ਕੀ ਸਟੈਂਡ ਹੈ ਕਿਉਂਕਿ ਯੂਜੂਲੀ ਤੁਸੀਂ ਬੜੇ ਨਿਊਟਰਲ ਹੋ ਓਏ ਮੁੰਡੇ ਨਾ ਜੋ ਗੱਲਬਾਤ ਹੋਈ ਉਹਦੀ ਮੈਂ ਗੱਲਬਾਤ ਕਰ ਰਿਹਾ ਹੁਣ ਇਟਲੀ ਵਾਲੇ ਤੇ ਆਉਨੇ ਆ ਓਕੇ ਕਾਮੇਡੀ ਮੈਂ ਮੰਨਦਾ ਬੜੀ ਸਬਜੈਕਟਿਵ ਹੁੰਦੀ ਹੈ ਮਤਲਬ ਕਿ ਇੱਕ ਜੋਕ ਕਿਸੇ ਵਾਸਤੇ ਬੜਾ ਆਫੈਂਸਿਵ ਹੋਏਗਾ ਤੇ ਕਿਸੇ ਵਾਸਤੇ ਬੜਾ ਫਨੀ ਹੋਏਗਾ ਜਿਦਾਂ ਕਿ ਸੰਤਾ ਬੰਤਾ ਜੋਕਸ ਠੀਕ ਹੈ ਸਰਦਾਰ ਲੋਗ ਉਤੇ ਅਫੈਂਡ ਕਰ ਸਕਦੇ ਨੇ ਹੋ ਸਕਦੇ ਨੇ ਤੇ ਦੂਜੇ ਲੋਗ ਉਹਨੂੰ ਇੰਜੋਏ ਕਰਨਗੇ ਹੁਣ ਜਦੋਂ ਆਪਾਂ ਪਿੰਡ ਬੈੰਨੇ ਆ ਨਾ ਚਾਰ ਪੰਜ ਮੁੰਡੇ ਤੇ ਇੱਕ ਮੁੰਡੇ ਨੂੰ ਚੁਣ ਲਿਆ ਜਾਂਦਾ ਤੇ ਉਤੇ ਐਨੇ ਟੋਲ ਲੱਗਦੇ ਨੇ ਤੇ ਉਦੋਂ ਇੰਟੈਂਸ਼ਨ ਸਾਰਿਆਂ ਦੀ ਇਹ ਨਹੀਂ ਹੁੰਦੀ ਕਿ ਉਹਨੂੰ ਨੀਚਾ ਦਿਖਾਉਣਾ ਜਾਂ ਉਹਨੂੰ ਬੁਰਾ ਫੀਲ ਕਰਾਉਣਾ ਉਦੋਂ ਇੰਟੈਂਸ਼ਨ ਤੇ ਕੰਟੈਕਸਟ ਉਹ ਜੋਕਸ ਦਾ ਇਹ ਹੁੰਦਾ ਹੈ ਹਾਸਾ ਪਾਣਾ ओके ਤੇ ਜੇ ਮੈਂ ਇਟਲੀ ਵਾਲੇ ਦੇ ਪਹਿਲੋਂ ਚੈਨਲ ਦੀ ਗੱਲ ਕਰਾਂ ਉੱਤੇ ਹੁੰਦਾ ਇੱਕ ਸ਼ਬਦ ਰੋਸਟ ਠੀਕ ਹੈ ਰੋਸਟ ਇੱਥੇ ਥੋੜਾ ਜਿਹਾ ਆਪਾਂ ਧਿਆਨ ਦੇਣਾ ਕਦੇ ਤੁਸੀਂ ਇੰਗਲਿਸ਼ ਚੈਨਲਸ ਦੇਖੋ ਇੰਗਲਿਸ਼ ਕਾਮੇਡੀ ਦੇਖੋ ਖਾਸ ਕਰ ਕਾਮੇਡੀ ਸੈਂਟਰਲ ਦੇ ਜਿਹੜੇ ਰੋਸਟ ਹੁੰਦੇ ਨੇ ਸੈਲੀਬ੍ਰਿਟੀਆ ਰੋਸਟ ਹੁੰਦੇ ਨੇ ਉਹ ਕੁਝ ਵੀ ਹੋਲਡ ਬੈਕ ਨਹੀਂ ਕਰਦੇ ਡਰਟੀ ਤੋਂ ਡਰਟੀ ਜੋਕ ਗੰਦੇ ਤੋਂ ਗੰਦੇ ਜੋਕ ਉਹਦੋਂ ਇੰਟੈਂਸ਼ਨ ਹੁੰਦੀ ਹੈ ਸਿਰਫ ਫਨੀ ਹੋਣ ਦੀ ਉਦੋਂ ਇੰਟੈਂਸ਼ਨ ਹੁੰਦੀ ਹੈ ਸਿਰਫ ਹਾਸਾ ਪਾਉਣ ਦੀ ਠੀਕ ਹੈ ਤੇ ਉਹੀ ਚੀਜ਼ ਨੂੰ ਮੈਂ ਦੇਖਦਾ ਜਦੋਂ ਮੈਂ ਇਟਲੀ ਵਾਲਾ ਚੈਨਲ ਦੇਖਾਂ ਕਿ ਹੁਣ ਚਲੋ ਥੋੜਾ ਸਾਰੇ ਚੈਨਲਾਂ ਵਿੱਚ ਚੀਜ਼ ਪਰਸਨਲ ਹੋਣ ਲੱਗ ਪਈ ਹੈ ਠੀਕ ਹੈ ਬਟ ਜਦੋਂ ਮੈਂ ਸ਼ੁਰੂਆਤ ਚ ਉਹਦਾ ਚੈਨਲ ਦੇਖਿਆ ਇਟਲੀ ਵਾਲੇ ਦਾ ਤੇ ਉਹਨੂੰ ਮੈਂ ਐਜ਼ ਅ ਰੋਸਟ ਹੀ ਦੇਖਿਆ ਕਿ ਉਹ ਕੰਟੈਂਟ ਕਿਸੇ ਦਾ ਦੇਖਦਾ ਉਹਤੇ ਰੋਸਟ ਕਰਦਾ ਹਾਸੇ ਦੀ ਕੋਸ਼ਿਸ਼ ਹੁੰਦੀ ਹੈ ਤੇ ਜੇ ਮੈਂ ਇੰਗਲਿਸ਼ ਨੂੰ ਪੰਜਾਬੀ ਦੇ ਲੈਵਲ ਨਾਲ ਕੰਪੇਅਰ ਕਰਾਂ ਕੀ ਆਪਾਂ ਇੰਨੇ ਪ੍ਰੋਗਰੈਸਿਵ ਹੋ ਗਏ ਆ ਕਿ ਆਪਾਂ ਗਾਲਾਂ ਐਕਸੈਪਟ ਕਰੀਏ ਆਰ ਵੀ ਥੇਰ ਠੀਕ ਹੈ ਆਪਾਂ ਕੀ ਇੰਨੇ ਐਡਵਾਂਸ ਹੋ ਚੁੱਕੇ ਆ ਨਹੀਂ ਆ ਕੀ ਇਟਲੀ ਵਾਲੇ ਨੂੰ ਥੋੜੀ ਲੈਂਗੁਏਜ ਤੇ ਥੋੜਾ ਫਿਲਟਰ ਕਰਨਾ ਚਾਹੀਦਾ ਕੰਟਰੋਲ ਕਰਨਾ ਚਾਹੀਦਾ ਯੈਸ ਕੀ ਉਹਨੂੰ ਆਪਣਾ ਤਰੀਕਾ ਬਦਲਣਾ ਚਾਹੀਦਾ ਨਹੀਂ ਨਹੀਂ ਮੈਂ ਨਹੀਂ ਮੰਨਦਾ ਕਿ ਉਹਨੂੰ ਆਪਣਾ ਤਰੀਕਾ ਬਦਲਣਾ ਚਾਹੀਦਾ ਫਿਰ ਮੈਂ ਕਹਾਂ ਉਹਦੀ ਇੰਟੈਂਸ਼ਨ ਉਹਦਾ ਮਾਰਕੀਟਿੰਗ ਸਕਿੱਲ ਇਸ ਟੂ ਬੀ ਫਨੀ ਆ ਨਾਟ ਟੂ ਬੀ ਮੀਨ ਤੇ ਜਿਹੜੇ ਚੈਨਲਸ ਆ ਉਹਨੂੰ ਪਸੰਦ ਨਹੀਂ ਕਰਦੇ ਆ ਜਿੰਨਾ ਤੇ ਉਹ ਰੋਸਟ ਕਰਦਾ ਜਾਂ ਟੁੱਲ ਮਾਰਦਾ ਉਹਨਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਤੁਸੀਂ YouTube ਤੇ ਆ ਗਏ ਤੁਸੀਂ ਫੇਮਸ ਹੋ ਗਏ ਤੁਸੀਂ ਟਾਰਗੇਟ ਬਣ ਗਏ ਐਂਡ ਥਿਸ ਇਜ਼ ਦਾ ਪ੍ਰਾਈਸ ਇਹ ਤੁਹਾਡਾ ਪ੍ਰਾਈਸ ਹੈ ਤੁਸੀਂ ਪੇ ਕਰਦੇ ਹੋ ਜਦੋਂ ਤੁਸੀਂ ਫੇਮਸ ਹੁੰਦੇ ਹੋ ਕੱਲ ਨੂੰ ਜੇ ਮੇਰੇ 100000 ਜਾਂ 200000 ਸਬਸਕ੍ਰਾਈਬਰਸ ਨੇ ਮਿਲੀਅਨ ਸਬਸਕ੍ਰਾਈਬਰਸ ਨੇ ਹਰ ਬੰਦਾ ਮੇਰੇ ਨਾਲ ਅਗਰੀ ਨਹੀਂ ਕਰੇਗਾ ਕੋਚ ਬੰਦੇ ਆ ਕੇ ਮੇਤੇ ਰੋਸਟ ਵੀ ਕਰਨਗੇ ਹੁਣ ਤਗੜੇ ਤੋਂ ਤਗੜਾ ਤਗੜਾ ਸੈਲਬ੍ਰਿਟੀ ਤੁਸੀਂ ਦੇਖੋ ਕਈ ਜਾਣੇ ਉਹਨਾਂ ਦੇ ਬੜੇ ਮੀਨ ਚੀਜ਼ਾਂ ਕਮੈਂਟ ਕਰਦੇ ਨੇ ਬਹੁਤ ਜ਼ਿਆਦਾ ਬੋਲਦੇ ਨੇ ਕਿ ਉਹ ਹਰ ਚੀਜ਼ ਤੇ ਰਿਐਕਟ ਕਰਦੇ ਨੇ ਨਹੀਂ ਅਗੇਨ ਥਿਸ ਇਜ਼ ਦਾ ਪ੍ਰਾਈਸ ਯੂ ਪੇ ਵਾਂਸ ਯੂ ਆਰ ਫੇਮਸ ਰਾਈਟ ਓਕੇ ਹੁਣ ਇਹ ਤੁਸੀਂ ਜੋ ਸਿਚੁਏਸ਼ਨ ਚੱਲ ਰਹੀ ਹੈ ਹੁਣ ਮੇਨ ਇਸ਼ੂ ਜਿਹਦੇ ਕਰਕੇ ਮੈਂ ਵੀਡੀਓ ਬਣਾਈ ਮੇਰੇ ਵਾਸਤੇ ਕੀ ਹੈ ਸਾਬੀ ਦਾ ਜਦੋਂ ਮੈਂ ਕੰਟੈਂਟ ਦੇਖਾਂ ਬੜਾ ਰੀਜ਼ਨੇਬਲ ਬੰਦਾ ਹੈ ਠੀਕ ਹੈ ਚਲੋ ਇਟਲੀ ਵਾਲੇ ਨਾਲ ਤੁਹਾਡੇ ਇਸ਼ੂਸ ਹੋ ਸਕਦੇ ਨੇ ਜਦੋਂ ਸਾਬੀ ਦਾ ਮੈਂ ਚੈਨਲ ਦੇਖਾਂ ਮੇਨ ਇਸ਼ੂਸ ਤੇ ਗੱਲ ਹੁੰਦੀ ਹੈ ਫਿਰ ਟਰੈਵਲਿੰਗ ਵੀਲੋਗ ਕੋਈ ਵੀ ਇਦਾਂ ਦੀ ਚੀਜ਼ ਨਹੀਂ ਬਟ ਜਦੋਂ ਲਾਸਟ ਕੁਝ ਵੀਡੀਓਜ਼ ਦੇਖੀਆਂ ਉਹਨਾਂ ਦੇ ਚੈਨਲ ਤੇ ਬੜੀਆਂ ਸਟ੍ਰਾਈਕਾਂ ਵੱਜੀਆਂ ਤੇ ਇਟਲੀ ਵਾਲੇ ਦਾ ਵੀ ਆਈ ਥਿੰਕ ਕੁਝ ਇਦਾਂ ਦਾ ਸਿਚੁਏਸ਼ਨ ਹੋਈ ਸੀ ਤੇ ਇਹਨੂੰ ਸਰਚ ਕਰਦੇ ਕਰਦੇ ਮੈਂ ਇੱਕ ਵੀਡੀਓ ਤੇ ਪਹੁੰਚਿਆ ਬੜੀ ਕ੍ਰਿੰਜੀ ਵੀਡੀਓ ਸੀ ਅ ਇੰਗਲਿਸ਼ ਸ਼ਬਦ ਦੇ ਦੇਖ ਕੇ ਬੰਦਾ ਕਹਿੰਦਾ ਯੂ نو ਕ੍ਰਿੰਜੀ ਵੀਡੀਓ ਸ਼ੁਰੂ ਹੁੰਦੀ ਏ ਗੁਰਦੁਆਰੇ ਤੋਂ ਤੇ ਫਿਰ ਸ਼ੁਰੂ ਹੁੰਦੀ ਏ ਸਭ ਲਈ ਅਰਦਾਸ ਕਰੋ ਕਿਸੇ ਦਾ ਬੁਰਾ ਨਾ ਮੰਗੋ ਪਾਠ ਕਰਿਆ ਕਰੋ ਐਂਡ THEN THEY DID ਦ ਸੇਮ ਥਿੰਗਸ ਉਹੀ ਚੀਜ਼ਾਂ ਜੋ ਉਹਨਾਂ ਨੇ ਕਿਹਾ ਪ੍ਰਮੋਟ ਕੀਤਾ ਉਹੀ ਚੀਜ਼ਾਂ ਉਹਨਾਂ ਨੇ ਕੀਤੀਆਂ ਇਟਲੀ ਵਾਲੇ ਦੇ ਜਿੰਨੀ ਪਰਸਨਲ ਇਨਫੋਰਮੇਸ਼ਨ ਸੀ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਤੇ ਕਾਈਂਡ ਆਫ ਕੀਤੀ ਵੀ ਫਿਰ ਕੀ ਆ ਕਿ ਜਿਹੜੇ ਗਾਲਾਂ ਕੱਢਦੇ ਨੇ ਉਹਨਾਂ ਨੂੰ ਲੱਗਦੀਆਂ ਆ ਮੀਨ ਹਾਊ ਆਲਡ ਆ ਯੂ 15 ਤੂੰ ਕੁੱਤਾ ਨਹੀਂ 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 ਤੂੰ ਕੁੱਤਾ ਅਵੇ ਕੋਈ ਕੋਈ ਰੈਲੇਵੈਂਟ ਗੱਲ ਉਹ ਵੀਡੀਓ ਚ ਮੈਨੂੰ ਲੱਗੀ ਨਹੀਂ ਤੇ ਐਂਡ ਚ ਜਿੱਦੇ ਚ ਮੈਨੂੰ ਦਿੱਕਤ ਹੋਈ ਬਹੁਤ ਜ਼ਿਆਦੀ ਉਹਨਾਂ ਨੇ ਦਿਖਾਇਆ ਕਿ ਕਿਸੇ ਚੈਨਲ ਨੂੰ ਰਿਪੋਰਟ ਕਿੱਦਾਂ ਕਰਨਾ ਸਭ ਤੋਂ ਬੁਰੀ ਚੀਜ਼ ਮੈਂ ਕਹਾਂ ਕਿਸੇ ਚੈਨਲ ਨੂੰ ਬਲੌਕ ਕਿੱਦਾਂ ਕਰਨਾ ਹੈ ਜਾਂ ਸਟ੍ਰਾਈਕ ਕਿੱਦਾਂ ਮਰਵਾਣੀ ਹੈ ਇਹ ਚਲੋ ਇੱਕ ਵੀਡੀਓ ਸੀ ਹੋਰ ਵੀ ਵੀਡੀਓਜ਼ ਹੋਣਗੀਆਂ ਠੀਕ ਹੈ ਮੈਂ ਜ਼ਿਆਦਾ ਸਰਚ ਨਹੀਂ ਕੀਤੀ ਜ਼ਿਆਦਾ ਟਾਈਮ ਵੇਸ ਨਹੀਂ ਸੀ ਕਰਨਾ ਚਾਹੁੰਦਾ ਹੁਣ ਫਰੀडम ਆਫ ਸਪੀਚ ਤੇ ਫਰੀडम ਆਫ ਐਕਸਪ੍ਰੈਸ਼ਨ ਜਾਂ opinion ਦੇਣਾ ਹਰ ਬੰਦੇ ਦਾ ਇੱਕ ਬੇਸਿਕ ਹਿਊਮਨ ਰਾਈਟ ਹੈ ਠੀਕ ਹੈ ਮਿਲੀਅਨਸ ਲੋਗ ਇਹਦੇ ਕਰਕੇ ਮਰੇ ਠੀਕ ਹੈ ਫਾਈਟ ਹੋਈ ਤੇ ਆਪਾਂ ਸੋਸਾਇਟੀ ਜਿਹੜੇ ਚ ਰਹਿੰਦੇ ਆ ਬੜੀ ਅਨਫੇਅਰ ਹੈ ਬਹੁਤ ਅਨਿਆਇ ਗੈਲੀ ਹੈ ਇਨਜਸਟਿਸ ਹੈ ਸੋਸਾਇਟੀ ਦੇ ਵਿੱਚ ਤੇ ਉਹ ਚੀਜ਼ ਨੂੰ ਫਿਕਸ ਕਰਨ ਵਾਸਤੇ ਆਪਾਂ ਨੇ ਕੋਲ 1K ਪਾਵਰ ਇਹ ਬੋਲਣ ਦੀ ਠੀਕ ਹੈ ਤੁਹਾਨੂੰ ਲੋਕਾਂ ਨੂੰ ਬੋਲਣ ਦੇਣਾ ਪਏਗਾ ਜਿਹੜੇ ਸਾਰੇ ਯੂਟਿਊਬਰ ਨੇ ਨਾ ਜੋ YouTube ਤੇ ਆਏ ਹੋਏ ਨੇ ਇਹ ਸਾਰੇ ਫਰਸਟ ਵਰਲਡ ਕੰਟਰੀਸ 'ਚ ਬੈਠੇ ਨੇ ਵਧੀਆ ਕੰਟਰੀਸ 'ਚ ਬੈਠੇ ਨੇ ਤੇ ਰੀਜ਼ਨ ਇਹਨਾਂ ਦੀ YouTube ਬਣ ਰਹੀ ਹੈ ਅਪਲੋਡ ਹੋ ਰਹੀ ਹੈ ਕਿਉਂਕਿ ਗਵਰਨਮੈਂਟ ਅਲਾਉ ਕਰ ਰਹੀ ਹੈ ਇਹੀ ਹੁਣ ਮਿਡਲ ਈਸਟ 'ਚ ਜੇ ਜਾਂਦੇ ਰਸ਼ੀਆ 'ਚ ਜਾਂਦੇ ਚਾਈਨਾ 'ਚ ਜਾਂਦੇ ਤੇ ਕਈ ਵੀਡੀਓਜ਼ ਅਪਲੋਡ ਵੀ ਨਹੀਂ ਸੀ ਹੋ ਸਕਦੀਆਂ ਤੇ ਇਹੀ ਸੋਚੋ ਜੇ ਹਰ ਤੁਹਾਡੀ opinion ਨੂੰ ਹਰ ਤੁਹਾਡੀ ਵੀਡੀਓ ਨੂੰ ਕੋਈ ਸੈਂਸਰ ਕਰਦਾ ਰਹੇ ਤੇ ਕੋਈ ਮਜ਼ਾ ਨਹੀਂ ਫਿਰ ਮਾਰਕੀਟ 'ਚ ਤੇ ਰੀਜ਼ਨ ਤੁਸੀਂ ਕੈਨੇਡਾ ਆਸਟ੍ਰੇਲੀਆ ਤੁਸੀਂ ਨਿਊਜ਼ੀਲੈਂਡ ਆ ਫਸਟ ਆਲ ਕੰਟਰੀਆਂ 'ਚ ਗਏ ਕਿਉਂਕਿ ਤੁਹਾਨੂੰ ਇਹਨਾਂ ਦਾ ਇਨਫਰਾਸਟ੍ਰਕਚਰ ਇਹਨਾਂ ਦੀ ਮੈਂਟੈਲਿਟੀ ਪਸੰਦ ਸੀ ਠੀਕ ਹੈ ਬਟ ਉੱਥੇ ਜਾ ਕੇ ਤੁਸੀਂ ਉਹੀ ਚੀਜ਼ ਕਰ ਰਹੇ ਹੋ ਜਿੱਤੋਂ ਤੁਸੀਂ ਭੱਜ ਰਹੇ ਸੀ ਕਿਸੇ ਨੂੰ ਬੋਲਣ ਨਹੀਂ ਦੇ ਰਹੇ ਹੁਣ ਜਿੱਦਾਂ ਕਿ ਈਰਾਨ ਚ ਨਾ ਇੱਕ ਪਲਵਾਨ ਮਾਰਤਾ ਗਿਆ ਪਿੱਛੇ ਜੇ ਮੈਂ ਪੜਦਾ ਪਿਆ ਸੀ ਕਿ ਉਹਨੇ ਸਿਰਫ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕੀਤਾ ਤੇ ਉਹਨੂੰ ਖਤਮ ਕਰਤਾ ਗਿਆ ਬੜਾ ਫੇਮਸ ਰੈਸਲਰਸ ਆਈ ਥਿੰਕ ਨਵੀਦ ਅਫਕਾਰੀ ਸੌਰੀ ਜੀ ਮੈਂ ਨਾਮ ਉਹਦਾ ਗਲਤ ਬੋਲਣਾ ਹੁਣ ਜਦੋਂ ਆਪਾਂ ਕਿਸੇ ਚੈਨਲ ਨੂੰ ਸਟ੍ਰਾਈਕ ਮਰਵਾਉਨੇ ਆ ਇਹ ਚ ਜਿਹੜੇ ਪਹਿਲੇ ਤਿੰਨ ਐਗਜ਼ਾਮਪਲ ਮੈਂ ਦਿੱਤੇ ਇੱਥੇ ਤੁਹਾਡਾ ਰੀਅਲ ਕੈਰੈਕਟਰ ਚਲਕਦਾ ਜੋ ਪਰਸੋਨਾ ਤੁਸੀਂ ਵੀਡੀਓ ਚ ਦਿਖਾਇਆ ਕਿ ਯੂ نو ਪਾਠ ਕਰਿਆ ਕਰੋ ਬਟ ਐਂਡ ਇਸ ਸਟ੍ਰਾਈਕ ਮਰਵਾ ਦਿਓ ਠੀਕ ਹੈ ਇਹ ਰੀਅਲ ਕੈਰੈਕਟਰ ਹੈ ਤੁਹਾਡਾ ਕਿ ਹਰ ਬੰਦਾ ਫੇਮ ਨਹੀਂ ਚੱਲ ਸਕਦਾ ਡਿਫਿਕਲਟ ਸਿਚੁਏਸ਼ਨ ਹਰ ਬੰਦਾ ਚੱਲ ਸਕਦਾ ਬਟ ਗ੍ਰੇਟ ਮੈਨ ਹੀ ਫੇਮ ਨੂੰ ਜਾਂ ਪਾਵਰ ਨੂੰ ਚੱਲ ਸਕਦਾ ਤੇ ਰਿਲੀਜੀਅਨ ਦਾ ਸਹਾਰਾ ਲੈ ਕੇ ਇਹ ਉਹੀ ਫਿਰ ਇਟਲੀ ਵਾਲੀ ਐਗਜ਼ਾਮਪਲ ਮੈਂ ਦਿੱਤੀ ਜਿਹੜਾ ਜੁਰਨਾਰਡੋ ਬਰੂਨੋ ਚਰਤ ਨੇ ਧਰਮ ਦਾ ਸਹਾਰਾ ਲੈ ਕੇ ਉਹਨੂੰ ਜ਼ਿੰਦਾ ਸਾਰਤਾ ਇਹ ਵੀ ਤੁਹਾਡੇ ਤੇ ਟੁਕਦੀ ਹੈ ਤੇ ਤੀਜੀ ਐਗਜ਼ਾਮਪਲ ਵੀ ਟੁਕਦੀ ਹੈ ਕਿ ਜੇ ਮੇਰੇ ਕੋਲ ਹੁਣ ਕੁੱਤਾ ਹੈ ਮੈਨੂੰ ਨਹੀਂ ਪਸੰਦ ਜਿਹੜਾ ਮੇਰੀ ਗਲੂਚੋਂ ਨੰਗੇ ਉਹਨੂੰ ਮੈਂ ਕੁੱਤਾ ਪਵਾਤਾ ਇਹ ਤੀਜੀ ਐਗਜ਼ਾਮਪਲ ਵੀ ਟੁਕਦੀ ਹੈ ਤੁਹਾਡੇ ਤੇ ਹੁਣ ਮੈਂ ਮੰਨਦਾ ਕਿ ਬੰਦੇ ਨੂੰ ਜਿਹੜੇ ਜਾ ਕੇ ਉੱਥੇ ਸਟ੍ਰਾਈਕਾਂ ਮਾਰ ਰਹੇ ਨੇ ਚੈਨਲਾਂ ਤੇ ਆ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸੇ ਵੀ ਬੰਦੇ ਨੂੰ ਕਿਸੇ ਵੀ ਬੰਦੇ ਦਾ ਫੈਨ ਨਹੀਂ ਹੋਣਾ ਚਾਹੀਦਾ ਪ੍ਰੋਬਲਮ ਸ਼ੁਰੂ ਉੱਥੇ ਹੁੰਦੀ ਹੈ ਬੰਦੇ ਦੇ ਕੰਮ ਦੇ ਫੈਨ ਤੁਸੀਂ ਹੋ ਸਕਦੇ ਹੋ ਇਟਲੀ ਵਾਲੇ ਨੇ ਬੜੀ ਸੋਹਣੀ ਗੱਲ ਕਹੀ ਸੀ ਕਿ ਸਚਿਨ ਤੰਦੂਲਕਰ ਉਹਦੇ ਕੰਮ ਦੇ ਫੈਨ ਤੁਸੀਂ ਹੋ ਸਕਦੇ ਹੋ ক্রিকেট ਬਹੁਤ ਸੋਹਣਾ ਖੇਡਦਾ ਪਰ ਕੀ ਬੰਦੇ ਦਾ ਫੈਨ ਸਚਿਨ ਦਾ ਫੈਨ ਹੋਣਾ ਚਾਹੀਦਾ ਫਿਰ ਅਮਿਤਾਬ ਬੱਚਨ ਠੀਕ ਹੈ ਐਕਟਿੰਗ ਬਹੁਤ ਵਧੀਆ ਕਰਦਾ ਬਟ ਉਹਨੇ ਸਟੇਟਮੈਂਟਾਂ ਵੀ ਬਹੁਤ ਗਲਤ ਦਿੱਤੀਆਂ ਕਿ ਉਹ ਬੰਦੇ ਦਾ ਫੈਨ ਹੋਣਾ ਚਾਹੀਦਾ ਨਹੀਂ ਇਦਾਂ ਹੀ ਜਿਹੜੇ ਚੈਨਲਸ ਦੇ ਮਗਰ ਲੱਗੇ ਠੀਕ ਹੈ ਤੁਸੀਂ ਸਟ੍ਰਾਈਕਾਂ ਮਾਰ ਰਹੇ ਹੋ ਤੁਹਾਨੂੰ ਉਹ ਬੰਦੇ ਦਾ ਨਹੀਂ ਉਹ ਬੰਦੇ ਦੇ ਕੰਮ ਦੇ ਉੱਤੇ ਆਪਣੇ ਆਪ ਨੂੰ ਕਨੈਕਟ ਕਰਨਾ ਚਾਹੀਦਾ ਨਾ ਕਿ ਉਹ ਬੰਦੇ ਦੀ ਪਰਸਨੈਲਿਟੀ ਦੇ ਉੱਤੇ ਹੁਣ ਜਿਹੜਾ ਸਹੀ ਬੰਦਾ ਹੈ ਉਹ ਹਮੇਸ਼ਾ ਮਹਿਮਾਨਾ ਕਿ ਕਿ ਕ੍ਰਿਟਿਸਿਜ਼ਮ ਲਏਗਾ ਕਿਉਂਕਿ ਜਦੋਂ ਕਿਸੇ ਦਾ ਮੂੰਹ ਹੀ ਬੰਦ ਕਰਤਾ ਤੁਹਾਡੀ ਜੋ ਓਪਰਚੁਨਿਟੀ ਹੈ ਅੱਗੇ ਵਧਣ ਦੀ ਉਹ ਬੰਦ ਹੋ ਜਾਂਦੀ ਹੈ ਕ੍ਰਿਟਿਸਿਜ਼ਮ ਮੈਂ ਹਮੇਸ਼ਾ ਕਹਿੰਦਾ ਕਿ ਜੇ ਕਿਸੇ ਨੂੰ ਪ੍ਰੋਬਲਮ ਹੈ ਮੇਰੇ ਕੰਟੈਂਟ ਤੋਂ ਕਈ ਜਾਣਿਆਂ ਨੂੰ ਹੈ ਵੀ ਉਹ ਬੜੇ ਵਧੀਆ ਤਰੀਕੇ ਨਾਲ ਆ ਕੇ ਮੁੰਡਾ ਦੱਸ ਦਿੰਨੇ ਪਾਜੀ ਇਹਦੇ ਵਿੱਚ ਇਹ ਚੀਜ਼ ਹੋ ਸਕਦੀ ਸੀ ਇਹਦੇ ਵਿੱਚ ਉਹ ਇਹ ਚੀਜ਼ ਹੋ ਸਕਦੀ ਸੀ ਤੇ ਮੈਂ ਕਹਿੰਦਾ ਹਾਂ ਯਾਰ ਰਾਈਟ ਕਿਉਂਕਿ ਮੈਂ ਹਰ ਚੀਜ਼ ਜੇ ਮੈਂ ਕਿਸੇ ਤੇ ਰਿਸਰਚ ਵੀ ਕਰ ਰਿਹਾ ਮੈਂ 100% ਨਹੀਂ ਬਹੁਤ ਜ਼ਿਆਦੀ ਇਨਫੋਰਮੇਸ਼ਨ ਮੈਂ ਮਿਸ ਕਰ ਰਿਹਾ ਬਹੁਤ ਜ਼ਿਆਦੀ ਸਟੱਡੀ ਹੋਈ ਹੈ ਜੇ ਮੈਂ ਕਿਸੇ ਇੱਕ ਟਾਪਿਕ ਦੇ ਉੱਤੇ ਹਫਤਾ ਲਾਇਆ ਕੀ ਮੈਂ ਹਰੇਕ ਇਨਫੋਰਮੇਸ਼ਨ ਗ੍ਰੈਬ ਕੀਤੀ ਨਹੀਂ ਸਹੀ ਬੰਦਾ ਜਿੱਦਾਂ ਮੈਂ ਕਿਹਾ ਕਿ ਜੇ ਕਿਸੇ ਨਾਲ ਡਿਸਗਰੀ ਵੀ ਹੈ ਇੱਕ ਆਪਾਂ ਡਾਇਲੌਗ ਇੱਕ ਓਪਨ ਸਪੇਸ ਤੇ ਆ ਕੇ ਆਪਾਂ ਡਾਇਲੌਗ ਕਰ ਸਕਦੇ ਆ ਐਕਸਚੇਂਜ ਕਰ ਸਕਦੇ ਆ ਆਈਡੀਆਜ਼ ਨੂੰ ਬਟ ਜਦੋਂ ਆਪਾਂ ਲੇਬਲ ਕਰਤਾ ਬੰਦੇ ਨੂੰ ਇਹ ਹੀ ਕਹਿਣ ਲੱਪੇ ਯਾਰ ਜਾਂ ਤੇ ਪਾਕਿਸਤਾਨ ਜਾਓ ਜਿੱਦਾਂ ਬੀਜੇਪੀ ਵਾਲੇ ਕਰਦੇ ਨੇ ਜਾਂ ਤੂੰ ਬੜਾ ਜੈਲਸ ਫੀਲ ਕਰਦਾ ਹੈ ਰਾਈਟ ਤੇ ਜਾਂ ਜਿੱਥੇ ਧਰਮ ਤੇ ਕੋਈ ਗੱਲ ਕਰੇ ਕਿ ਯਾਰ ਤੂੰ ਧਰਮ ਦਾ ਬੜਾ ਦੁਖੀ ਹੈ ਮਤਲਬ ਲੇਬਲ ਕਰਨ ਦੀ ਬਜਾਏ ਆਪਾਂ ਨੂੰ ਐਟਲੀਸਟ ਡਿਸਕਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਤੇ ਹੁਣ ਸਿੱਟਾ ਕੀ ਹੈ ਐਪੀਸੋਡ ਦਾ ਮੈਂ ਫੇਰ ਕਹਾਂ ਕਿ ਮੈਨੂੰ ਨਹੀਂ ਸਮਝ ਆਉਂਦਾ ਆਈ ਡੋਨਟ ਅੰਡਰਸਟੈਂਡ ਕਿ ਲੋਕੀ ਵੀਲੌਗਸ ਕਿਉਂ ਦੇਖਦੇ ਨੇ ਪੰਜਾਬੀ ਖਾਸ ਕਰ ਪੰਜਾਬੀ ਵੀਲੌਗ ਉਹ ਨੋਰਮਲ ਲਾਈਫਸਟਾਈਲ ਅ ਬਟ ਲੋਕੀ ਪਸੰਦ ਨੂੰ ਕਰਦੇ ਨੇ ਇਹ ਡਿਪੈਂਡ ਕਰਦਾ ਤੁਹਾਡੀ ਸਰਾਊਂਡਿੰਗਸ ਤੇ ਹੁਣ ਸੋਚੋ ਜੇ ਮੈਂ ਐਗਜ਼ਾਮਪਲ ਆਪਣੀ ਲੈਣਾ ਕਿ ਮੈਂ ਵੀਲੌਗਸ ਕਿਉਂ ਨਹੀਂ ਦੇਖਦਾ ਮੈਂ ਕਿਉਂ ਅ ਸਾਇੰਸ ਵਾਲੇ ਜਾਂ ਟੈਕ ਟਾਕਸ ਜਾਂ ਇਦਾਂ ਦੇ ਇੰਟੈਲੈਕਚੁਅਲ ਚੈਨਲ ਦੇਖਦਾ ਬੜੇ ਜਣੇ ਦੇਖਦੇ ਹੋਣਗੇ ਹੁਣ ਜਦੋਂ ਮੈਂ ਆਫਿਸ ਜਾਂਦਾ ਨਾ ਮੈਂ ਕਿਰਿਆ ਹੋਇਆ ਬੜੇ ਸਮਾਰਟ ਲੋਕਾਂ ਦਾ ਮੈਂ ਸ਼ੁਰੂਆਤ 'ਚ ਨਹੀਂ ਸੀ ਹੁਣ ਵੀ ਚਲੋ ਮੈਂ ਕਹਾਂ ਇੰਨਾ ਸਮਾਰਟ ਨਹੀਂ ਬਟ ਜਦੋਂ ਆਫਿਸ 'ਚ ਕਦੇ-ਕਦੇ ਗੱਲ ਹੁੰਦੀ ਹੈ ਨਾ ਉਹਨਾਂ ਨੇ ਛੇੜ ਲੈਣੀ ਸਾਇੰਸ ਦੀ ਗੱਲ ਕੈਮਿਸਟਰੀ ਦੀ ਗੱਲ ਫਿਜ਼ਿਕਸ ਦੀ ਗੱਲ ਇਕਨੋਮੀ ਦੀ ਗੱਲ ਰਾਈਟ ਹੁਣ ਕ੍ਰਿਪਟੋ ਕਰੰਸੀ ਦੀ ਗੱਲ ਹੁਣ ਸੋਚੋ ਜੇ ਮੈਂ ਸਿਰਫ ਬਿੱਗ ਬੌਸ ਹੀ ਦੇਖਾਂ ਸਾਰੀ ਜਿਹੜੀ ਸਾਰੀ ਜਿਹੜੀ ਸਾਸ ਬਹੂ ਹੀ ਦੇਖਾਂ ਮੈਂ ਕੀ ਕੰਟ੍ਰਿਬਿਊਟ ਕਰ ਸਕਦਾ ਉਹ ਗੱਲਬਾਤ ਦੇ ਵਿੱਚ ਨਹੀਂ ਕਰ ਸਕਦਾ ਇਸ ਲਈ ਮੈਨੂੰ ਆਪਣੇ ਆਪ ਨੂੰ ਸ਼ਾਰਪ ਕਰਨਾ ਪਏਗਾ ਮੈਂ ਆ ਵੀ ਦੇਖਦਾ ਮੈਂ ਏਲੀਨ ਵੀ ਦੇਖਦਾ ਟੈਕਨੋਲੋਜੀ ਵੀ ਦੇਖਦਾ ਪੋਲਿਟਿਕਸ ਵੀ ਦੇਖਦਾ ਬਾਈਡਨ 트ੰਪ ਮੈਨੂੰ ਹਰ ਚੀਜ਼ ਦੇਖਣੀ ਪੈਂਦੀ ਆਪਣੇ ਆਪ ਨੂੰ ਸ਼ਾਰਪ ਕਰਕੇ ਰੱਖਣਾ ਪੈਂਦਾ ਹਰ ਟਾਈਮ ਤਾਂ ਕਿ ਮੈਂ ਕੰਟਰੀਬਿਊਟ ਕਰ ਸਕਾਂ ਮੈਂ ਡੰਬ ਮੈਂ ਡੰਮ ਜਾਂ ਬੇਵਕੂ ਫੀਲ ਨਾ ਹੋਵਾਂ ਉਹਨਾਂ ਦੇ ਸਾਹਮਣੇ ਰਾਈਟ ਤੇ ਜਿਹੜੇ ਵੀ ਲੌਗਸ ਪੰਜਾਬੀ ਵੀ ਲੌਗਸ ਇਹ ਉਹੀ ਦੇਖਦੇ ਨੇ ਠੀਕ ਹੈ ਤੁਸੀਂ ਦੇਖਦੇ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਇਹ ਉਹੀ ਦੇਖਦੇ ਨੇ ਜਿਹਨੇ ਦੇਖੀ ਇਹ ਸਾਸ ਬਹੂ ਹੁਣ ਗੱਲ ਕਰਨ ਨੂੰ ਹੈ ਨਹੀਂ ਉਹ ਸੱਸ ਨੇ ਉਹ ਬਹੂ ਨੂੰ ਮਾਰਤਾ ਉਹ ਬਹੂ ਨੇ ਸਾਸੂ ਨੂੰ ਮਾਰਤਾ ਠੀਕ ਹੈ ਪਹਿਲੋਂ 빅 ਬੋਸ ਚ ਇਹਨੂੰ ਵੋਟ ਕਰਤੀ ਗਈ ਇਹਨੂੰ ਵੋਟ ਕਰਤੀ ਗਈ ਮਤਲਬ 1 ਘੰਟਾ ਤੁਹਾਡਾ ਦਿਹਾੜੀ ਦਾ ਵੇਸਟ ਰਾਈਟ ਤੇ ਉਹੀ ਚੀਜ਼ ਹੁਣ ਇੰਟਰਨੈਟ ਤੇ ਪਹਿਲੋਂ 빅 ਬੋਸ ਦੀ ਤੁਹਾਨੂੰ ਵੇਟ ਕਰਨੀ ਪੈਂਦੀ ਸੀ ਆ ਰਾਤੀ 8 ਜਾਂ 9 ਵਜੇ ਹੁਣ ਵੀ ਲੌਗਸ ਅਵੇਲੇਬਲ ਨੇ ਤੁਹਾਡੇ ਕੋਲ 올 ਦਾ ਟਾਈਮ ਪਹਿਲੋਂ ਤੁਸੀਂ 1 ਘੰਟਾ ਟਾਈਮ ਖਰਾਬ ਕਰਦੇ ਸੀ ਹੁਣ ਵੀ ਲੌਗ ਦੇ ਵਿੱਚ ਤੁਸੀਂ ਸਾਰੀ ਦਿਹਾੜੀ ਹੁਣ ਵੀ ਲੌਗਸ ਵੀ ਬਹੁਤ ਤਰ੍ਹਾਂ ਦੇ ਨੇ ਠੀਕ ਹੈ ਕਿਸ ਨੇ ਸੂਟ ਪਾ ਲਿਆ ਕਿਸ ਨੇ ਸਾਗ ਬਣਾ ਲਿਆ ਕਿਸ ਨੇ ਸਬਜੀ ਬਣਾ ਲਈ ਰਾਈਟ ਸੋ ਆਈ ਡੋਨਟ ਗੈਟ them ਬਟ ਆਈ ਡੋਨਟ ਜਜ ਪੀਪਲ who watch them ਰਾਈਟ ਮੈਂ ਇਹੀ ਕਹਾਂ ਕਿ ਹੈਵਿੰਗ ਅ ਬੈਡ ਟੇਸਟ ਤੁਹਾਡਾ ਅਗਰ ਟੇਸਟ ਹੀ ਬੈਡ ਕੋਈ ਚੀਜ਼ ਨੂੰ ਦੇਖਣ ਵਾਸਤੇ ਇਟਸ ਨੋਟ ਅ ਕ੍ਰਾਈਮ ਯੈਸ ਇਟ ਇਜ਼ ਅ ਫੇਸ ਅ ਫੇਸ ਹੈ ਨੰਗ ਜਾਏਗਾ ਬਟ ਕਿਸੇ ਦੀ ਚੈਨਲ ਨੂੰ ਸਟ੍ਰਾਈਕ ਮਰਵਾਉਣਾ ਜੋ ਮੇਨ ਮੁੱਦਾ ਹੈ ਮੇਰੀ ਵੀਡੀਓ ਦਾ ਕਿਸੇ ਦੇ ਚੈਨਲ ਨੂੰ ਸਟ੍ਰਾਈਕ ਮਰਵਾਉਣਾ ਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਇਸ ਇਸ ਨਾਟ ਕੂਲ ਇਹ ਤੁਹਾਡਾ ਕੈਰੈਕਟਰ ਸ਼ੋ ਕਰਦਾ ਤੇ ਇੰਟੈਲੈਕਚੁਅਲ ਲੈਵਲ ਤੁਹਾਡਾ ਸ਼ੋ ਕਰਦਾ ਕਿ ਕਿੱਥੇ ਕਿ ਤੱਕ ਤੁਸੀਂ ਤੁਹਾਡਾ ਇੰਟੈਲੈਕਚੁਅਲ ਲੈਵਲ ਹੈ ਤੇ ਇਹ ਜਿਹੜੇ ਲੋਕ ਜਾ ਕੇ ਸਟ੍ਰਾਈਕਾਂ ਵੀ ਮਾਰ ਰਹੇ ਨੇ ਇਹ ਸੱਚਾਈ ਸਿੱਖ ਨਹੀਂ ਕਰ ਰਹੇ ਇਹ ਸਿਰਫ ਉਹੀ ਚੀਜ਼ ਲੱਭ ਰਹੇ ਨੇ ਜਾਂ ਉਹੀ ਚੀਜ਼ ਨੂੰ ਡਿਨਾਈ ਕਰ ਰਹੇ ਨੇ ਜੋ ਇਹਨਾਂ ਦੇ ਅਗੇਂਸਟ ਹੈ ਸੱਚ ਹੈ ਜਾਂ ਨਹੀਂ ਹੈ ਡਸਨਟ ਮੈਟਰ ਬਟ ਉਹ ਸਾਡੇ ਨਾਲ ਅਗਰੀ ਨਹੀਂ ਕਰਦਾ ਇਸ ਲਈ ਉਹਨੂੰ ਜਾ ਕੇ ਸਟ੍ਰਾਈਕ ਮਰਵਾਉਣੀ ਹੈ ਤੇ ਫਰੀ ਸਪੀਚ ਫਿਰ ਮੈਗਾ ਵਾਂ ਬੜੀ ਇੰਪੋਰਟੈਂਟ ਹੈ ਜਿੰਨੇ ਵੀ ਆਈਡੀਆਜ਼ ਆਪਣੇ ਅੱਜ ਤੱਕ ਆਏ ਜਦੋਂ ਦੇ ਆਪਾਂ ਬਾਂਦਰ ਤੋਂ ਬੰਦੇ ਬਣੇ ਆ ਸਾਰੇ ਫਰੀ ਸਪੀਚ ਕਰਕੇ ਆਏ ਕਿਉਂਕਿ ਕਿਸੇ ਨਾ ਕਿਸੇ ਨੂੰ ਆਈਡੀਆ ਆਇਆ ਰਾਈਟ ਤੇ ਉਹਨੇ ਬੋਲਿਆ ਤੇ ਸੋਚੋ ਸ਼ੁਰੂ ਤੋਂ ਹੀ ਕੋਈ ਨਾ ਕੋਈ ਇਦਾਂ ਸਟ੍ਰਾਈਕ ਮਰਵਾਉਂਦਾ ਰਹਿੰਦਾ ਗਿਹ ਦੇ ਚੈਨਲ ਤੋਂ ਠੀਕ ਹੈ ਤੇ ਉਹ ਆਈਡੀਆਜ਼ ਜੋ ਹੁਣ ਨੇ ਆਪਣੇ ਕੋ ਇਹ ਆਈਫੋਨਸ ਇਹ ਕੰਪਿਊਟਰਸ ਇਹ ਆਪਣੇ ਕੋ ਨਹੀਂ ਸੀ ਹੋਣੇ ਤੇ ਥੋੜਾ ਆਪਣੇ ਉਹ ਕਹਿੰਦੇ ਪੰਜਾਬੀ ਜੇ ਸ਼ਬਦ ਦੇ ਕਪਾੜ ਖੋਲੋ ਥੋੜਾ ਦੂਜੀ ਸਾਈਡ ਨੂੰ ਸੁਣਨ ਦੀ ਕੋਸ਼ਿਸ਼ ਕਰੋ ਥੋੜੀ ਡਿਬੇਟ ਕਰੋ ਥੋੜਾ ਓਪਨ ਡਾਇਲੌਗ ਰੱਖੋ ਇੱਕ ਕਾਮਨ ਗਰਾਉਂਡ ਰੱਖੋ ਗੱਲਬਾਤ ਕਰੋ ਨਾ ਕਿ ਸਟ੍ਰਾਈਕਾ ਮਰਵਾਓ ਲੇਬਲ ਨਹੀਂ ਕਰੀਦਾ ਹੁੰਦਾ ਕਿਸੇ ਨੂੰ ਥੋੜਾ ਯੂ نو ਯੂਜ਼ ਥਿਸ ਏਸੀਆਈ ਦਾ ਐਪੀਸੋਡ ਠੀਕ ਹੈ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਰਾਂਗੇ ਹੁਣ ਮਿਲਦੇ ਆਪਾਂ ਅਗਲੇ ਐਪੀਸੋਡ ਚ ਮੈਂ ਤੁਹਾਡਾ ਆਪਣਾ ਕਾਕਾਵਲੀ ਨਾਮ ਰਗਿੰਦੀਪ ਸਿੰਘ ਸਸਿਆਕਾ